ਜੀ ਦੋਸਤੋ, ਹੁਣ ਤੁਸੀਂ ਮੋਬਾਈਲ ਨਾਲ ਹੀ ਜਿਹੜਾ ਕਿ ਆਪਣਾ ਪੈਨ ਕਾਰਡ ਆ ਉਹ ਆਧਾਰ ਕਾਰਡ ਨਾਲ ਲਿੰਕ ਕਰ ਸਕਦੇ। ਪੂਰੀ ਇਨਫੋਰਮੇਸ਼ਨ ਤੁਹਾਨੂੰ ਇਸ ਵੀਡੀਓ ਵਿੱਚ ਦੇਵਾਂਗਾ। ਜੇ ਵੀਡੀਓ ਬੈਨੀਫਿਸ਼ਲ ਲੱਗਦੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। ਤਾਂ ਦੋਸਤੋ, ਇਹ ਪੈਨ ਕਾਰਡ ਦੀ ਆਫੀਸ਼ੀਅਲ ਜਿਹੜੀ ਵੈਬਸਾਈਟ ਹੈ ਇਨਕਮ ਟੈਕਸ ਇੰਡੀਆ efilling.gov.in, ਇਸਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜੂ, ਅਤੇ ਆਪਾਂ ਇਸ ਪੇਜ ਉੱਪਰ ਪਹੁੰਚ ਜਾਵਾਂਗੇ। ਅਤੇ ਸੇਮ ਪੇਜ ਇਸ ਤਰ੍ਹਾਂ ਦਾ ਉੱਪਰ ਹੋਣ ਤੋਂ ਬਾਅਦ ਨੀਚੇ ਆਪਾਂ ਚੈੱਕ ਕਰ ਸਕਦੇ ਹਾਂ ਲਿੰਕ ਆਧਾਰ 'ਤੇ ਆਪਾਂ ਕਲਿੱਕ ਕਰ ਲਾਂਗੇ। ਇਸ ਤੋਂ ਬਾਅਦ ਇਸ ਤਰ੍ਹਾਂ ਦਾ ਪੇਜ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ। ਹੁਣ ਆਪਾਂ ਇੱਥੇ ਫਿਲ ਕੀ ਕਰਨਾ, ਸਭ ਤੋਂ ਪਹਿਲਾਂ ਆਪਾਂ ਇੱਥੇ ਪੈਨ ਕਾਰਡ ਨੰਬਰ ਫਿਲ ਕਰਨਾ ਆਪਣਾ, ਫਿਰ ਆਧਾਰ ਕਾਰਡ ਨੰਬਰ ਇੱਥੇ ਫਿਲ ਕਰਨਾ, ਅਤੇ ਆਧਾਰ ਕਾਰਡ 'ਤੇ ਨੇਮ ਕੀ ਆਪਣਾ ਉਹ ਫਿਲ ਕਰ ਲਾਂਗੇ। ਭਾਈ ਐਗਰੀ 'ਤੇ ਆਪਾਂ ਟਿਕ ਮਾਰ ਲਗਾ ਕੇ ਸੇਮ ਕੈਪਚਾ ਜਿਹੜਾ ਵੀ ਇੱਥੇ ਇਸ ਬਾਕਸ ਵਿੱਚ ਲਿਖਿਆ ਹੋਇਆ ਬਲੈਕ ਅੱਖਰਾਂ ਵਿੱਚ ਇੱਥੇ ਫਿਲ ਕਰਕੇ ਆਪਾਂ ਰਿਕੁਐਸਟ ਟੂ OTP 'ਤੇ ਆਪਾਂ ਕਲਿੱਕ ਕਰ ਦਾਂਗੇ, ਅਤੇ ਲਿੰਕ ਆਧਾਰ 'ਤੇ ਆਪਾਂ ਕਲਿੱਕ ਕਰ ਦਾਂਗੇ। ਜਿਵੇਂ ਹੀ ਆਪਾਂ ਪੂਰੀ ਡਿਟੇਲ ਫਿਲ ਕਰਕੇ ਆਪਾਂ ਕਨਫਰਮ ਕਰ ਦਿੰਦੇ ਹਾਂ, ਤਾਂ ਇਸ ਤਰ੍ਹਾਂ ਦਾ ਪੇਜ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲ ਜਾਂਦਾ ਹੈ। ਹੁਣ ਇਹ ਕਹਿ ਰਿਹਾ ਕਿ ਆਪਾਂ OTP ਸੈਂਡ ਕਰਨ ਵਾਸਤੇ ਕੰਟੀਨਿਊ ਕਰੀਏ, ਤਾਂ ਆਪਾਂ ਕੰਟੀਨਿਊਸ 'ਤੇ ਕਲਿੱਕ ਕਰ ਦਾਂਗੇ। ਇਸ ਤੋਂ ਬਾਅਦ 6 ਅੱਖਰਾਂ ਦਾ ਇੱਕ ਆਪਣੇ ਕੋਲ ਮੈਸੇਜ ਆਉਂਦਾ ਮੋਬਾਈਲ 'ਤੇ, ਅਤੇ ਉਹ OTP ਜਿਹੜਾ ਆਪਾਂ ਇੱਥੇ ਫਿਲ ਕਰ ਦਾਂਗੇ ਅਤੇ ਵੈਲੀਡੇਟ 'ਤੇ ਆਪਾਂ ਕਲਿੱਕ ਕਰ ਲਾਂਗੇ। ਬਸ ਦੋਸਤੋ, ਇੰਨਾ ਜਿਹਾ ਪ੍ਰੋਸੈਸ ਹੈ। ਇੱਥੇ ਆਪਾਂ ਚੈੱਕ ਕਰ ਸਕਦੇ ਹਾਂ ਯੂਅਰ ਰਿਕੁਐਸਟ ਹੈਜ਼ ਬੀਨ ਸੈਂਟ UIDAI ਵੈਲੀਡੇਸ਼ਨ ਆਫ ਆਧਾਰ। ਇੱਥੇ ਆਪਾਂ ਚੈੱਕ ਕਰਦੇ ਹਾਂ ਆਪਣਾ ਜਿਹੜਾ ਲਿੰਕ ਕਰਨ ਦਾ ਜਿਹੜਾ ਪ੍ਰੋਸੈਸ ਸੀ ਉਹ ਐਕਟਿਵ ਹੋ ਚੁੱਕਾ ਹੈ। ਜੇ ਤੁਸੀਂ ਇਸ ਨੂੰ ਟਰੇਸ ਕਰਨਾ ਚਾਹੁੰਦੇ ਹੋ ਅਤੇ ਇਸਦਾ ਜਿਹੜਾ ਸਟੇਟਸ ਚੈੱਕ ਕਰਨਾ ਚਾਹੁੰਦੇ ਹੋ, ਤਾਂ ਉਸ ਲਈ ਵੀ ਇੱਕ ਇਹਨਾਂ ਨੇ ਆਪਸ਼ਨ ਦਿੱਤਾ ਹੋਇਆ, ਚੈੱਕ ਕਰ ਸਕਦੇ ਹਾਂ ਆਪਾਂ। ਜਾਂ ਔਨਲਾਈਨ ਸਟੇਟਸ ਚੈੱਕ ਕਰਨ ਵਾਸਤੇ ਆਪਾਂ ਨੂੰ ਫਿਰ ਇਸ ਪੇਜ 'ਤੇ ਆਉਣਾ ਪਵੇਗਾ ਜਿੱਥੇ ਆਪਾਂ ਪੂਰੀ ਡਿਟੇਲ ਫਿਲ ਕੀਤੀ ਸੀ। ਇਸ ਤੋਂ ਬਾਅਦ ਆਪਾਂ ਕਲਿੱਕ ਹੇਅਰ ਜਿਹੜੇ ਆਹ ਰੈੱਡ ਅੱਖਰਾਂ ਵਿੱਚ ਆਪਾਂ ਨੂੰ ਦਿਖ ਰਿਹਾ ਇੱਥੇ ਆਪਾਂ ਕਲਿੱਕ ਕਰ ਲਾਂਗੇ। ਹੁਣ ਦੋਸਤੋ, ਆਪਾਂ ਇੱਥੇ ਪੈਨ ਕਾਰਡ ਨੰਬਰ ਅਤੇ ਆਪਣਾ ਆਧਾਰ ਕਾਰਡ ਨੰਬਰ ਇੱਥੇ ਟਾਈਪ ਕਰਾਂਗੇ, ਅਤੇ ਵਿਊ ਲਿੰਕ ਆਧਾਰ ਸਟੇਟਸ 'ਤੇ ਆਪਾਂ ਕਲਿੱਕ ਕਰਕੇ ਅੱਗੇ ਦਾ ਪ੍ਰੋਸੈਸ ਕੰਟੀਨਿਊ ਕਰਾਂਗੇ। ਇਸ ਤੋਂ ਬਾਅਦ ਆਪਾਂ ਚੈੱਕ ਕਰ ਸਕਦੇ ਦੋਸਤੋ, ਯੂਅਰ ਪੈਨ ਇਜ਼ ਲਿੰਕ ਟੂ ਆਧਾਰ ਨੰਬਰ, ਜਿਹੜਾ ਵੀ ਤੁਹਾਡਾ ਆਧਾਰ ਕਾਰਡ ਨੰਬਰ ਹੈ ਉਸ ਨਾਲ ਲਿੰਕ ਆਲਰੇਡੀ ਹੋ ਚੁੱਕਿਆ ਹੈ। ਤਾਂ ਛੋਟਾ ਜਿਹਾ ਪ੍ਰੋਸੈਸ ਸੀ ਦੋਸਤੋ, ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ।